ਮੇਰੇ ਕਈ ਸਾਥੀ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਨੇ, ਅਸੀਂ ਕਈ ਅਲੱਗ ਅਲੱਗ ਥਾਵਾਂ 'ਤੇ ਖੇਡਣ ਵਾਸਤੇ ਜਾਂਦੇ ਹੁੰਦੇ ਸੀ, ਪਰ ਕਦੇ ਵੀ ਅਸੀਂ ਕਿਲ੍ਹੇ ਦੇ ਅੰਦਰਲੇ ਪਾਸੇ ਨਹੀਂ ਸੀ ਦੇਖਿਆ ਹੋਇਆ। ਇਸ ਕਰਕੇ ਅਸੀਂ ਜਦੋਂ ਵੀ ਕਦੇ ਕਿਲ੍ਹੇ ਦੇ ਅੱਗੋਂ ਦੀ ਲੰਘਦੇ ਜਾਂ ਕਿਸੇ ਪਾਸੇ ਵੀ ਜਾਣਾ ਹੁੰਦਾ ਤਾਂ ਸਾਡਾ ਇਹ ਸੁਪਨਾ ਸੀ ਵੀ ਅਸੀਂ ਕਿਲ੍ਹੇ ਨੂੰ ਮਤਲਬ ਕਿ ਅੰਦਰਲੇ ਪਾਸੋਂ ਵੀ ਜਾ ਕੇ ਦੇਖੇ, ਕਿਉਂਕਿ ਇਹਦੇ ਅੰਦਰ ਜਾਣ ਵਾਸਤੇ ਕੋਈ ਹੋਰ ਰਾਹ ਹੈ ਨਹੀਂ ਸੀ। ਪਰ ਜਿਹੜਾ ਕਿ ਇਹ ਕਿਲ੍ਹੇ ਦਾ ਮੇਨ ਗੇਟ ਸੀ, ਇੱਥੋਂ ਪਿੰਡ ਦੇ ਲੋਕਾਂ ਨੇ ਕੁਛ ਕੁ ਦੁਕਾਨਾਂ ਅੱਗੇ ਕਰ ਲਗਾ ਰੱਖੀਆਂ ਸੀ ਅਤੇ ਟੋਇਲਟ ਸੀਟਾਂ ਲਗਾ ਕੇ ਇਹਦੇ ਉੱਪਰ ਬਾਥਰੂਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸੋ ਸਾਡੇ ਮਨ ਦੇ ਵਿੱਚ ਇਹੀ ਖਿਆਲ ਆਇਆ ਵੀ ਪਹਿਲਾਂ ਇਹਨਾਂ ਟੋਇਲਟ ਸੀਟਾਂ ਨੂੰ ਪੱਟ ਕੇ ਗੇਟ ਨੂੰ ਖੋਲ੍ਹਿਆ ਜਾਵੇ ਅਤੇ ਵਧੀਆ ਬਣਾ ਕੇ ਕਿਲ੍ਹਾ ਇੱਕ ਦੇਖਣਯੋਗ ਰੂਪ ਦੇ ਵਿੱਚ ਸਾਰੇ ਪਿੰਡ ਦੇ ਸਾਹਮਣੇ ਆਵੇ, ਤਾਂ ਕਿ ਸਾਰੇ ਲੋਕ ਆਪਣੇ ਬਾਹਰਲੇ ਪਿੰਡਾਂ ਦੇ ਵੀ ਅਤੇ ਆਪਣੇ ਪਿੰਡ ਦੇ ਲੋਕ ਵੀ ਇਹਨੂੰ ਚੰਗੀ ਤਰ੍ਹਾਂ ਦੇਖ ਸਕਣ। ਮੈਂ ਅਤੇ ਮੇਰੇ ਕੁਝ ਸਾਥੀਆਂ ਦੀ ਮਿਹਨਤ ਸਦਕਾ ਇੱਥੇ ਕੁਝ ਵੀ ਜਿੰਨੇ ਵੀ ਅਸੀਂ ਦਿਨਾਂ ਤੋਂ ਅਸੀਂ 4 ਮਹੀਨਿਆਂ ਤੋਂ ਕਰੀਬ ਇੱਥੇ ਕੰਮ ਕਰ ਰਹੇ ਹਾਂ, ਇਹਦੀ ਸਾਫ਼ ਸਫਾਈ ਕਰ ਰਹੇ ਹਾਂ। ਇੱਥੋਂ ਬਹੁਤ ਜ਼ਿਆਦਾ ਜਿੰਨਾ ਵੀ ਮਲਬਾ ਸੀ ਉਹ ਸਾਰਾ ਕੱਢ ਕੇ ਬਾਹਰ ਸੁੱਟਿਆ ਜਾ ਰਿਹਾ ਅਤੇ ਹੁਣ ਦੁਬਾਰਾ ਇੱਥੇ ਦੁਬਾਰਾ ਇਹਨਾਂ ਦੀ ਰੈਨੋਵੇਟ ਕਰ ਰਹੇ ਹਾਂ ਇਸ ਕਿਲ੍ਹੇ ਨੂੰ, ਤਾਂ ਕਿ ਲੋਕਾਂ ਦੇ ਸਾਹਮਣੇ ਇਹਦੀ ਪੁਰਾਣੀ ਦਿੱਖ ਲੋਕਾਂ ਦੇ ਸਾਹਮਣੇ ਆਵੇ। ਅਤੇ ਤੁਸੀਂ ਜਿਵੇਂ ਕਿ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ, ਜਿੰਨੇ ਵੀ ਪੁਰਾਣੀ ਇੱਟ ਆ ਸਾਰੀ ਉਹੀ ਇੱਥੇ ਯੂਜ਼ ਹੋ ਰਹੀ ਆ, ਅਤੇ ਈਵਨ ਕਿ ਪਹਿਲਾਂ ਕੁਛ ਕੁ ਮੁੰਡਿਆਂ ਦੇ ਸਦਕਾ ਹੀ ਕੰਮ ਸ਼ੁਰੂ ਹੋਇਆ ਸੀ, ਪਰ ਹੁਣ ਸਾਰਾ ਪਿੰਡ ਸਾਡੇ ਨਾਲ ਆ, ਸਾਥ ਦੇ ਰਿਹਾ ਅਤੇ ਨੇੜੇ ਤੇੜੇ ਦੇ ਪਿੰਡ ਵੀ ਸਾਡਾ ਪੂਰਾ ਸਹਿਯੋਗ ਦੇ ਰਹੇ ਨੇ, ਪੈਸੇ ਪੱਖੋਂ ਵੀ ਅਤੇ ਹੋਰ ਵੀ ਪੱਖੋਂ ਸਾਰੀ ਮਦਦ ਕਰ ਰਹੇ ਨੇ। ਈਵਨ ਕਿ ਸਾਡੇ ਮੌਜੂਦਾ ਮਿਨਿਸਟਰ ਨੇ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਜੀ, ਉਹਨਾਂ ਨੇ ਵੀ ਸਾਨੂੰ ਵਾਅਦਾ ਕੀਤਾ ਵੀ ਜਲਦੀ ਤੋਂ ਜਲਦੀ ਇਹਦਾ ਕੰਮ ਸਰਕਾਰ ਦੇ ਅੰਡਰ ਲਿਆ ਜਾਵੇਗਾ। ਪੁਰਾਤੱਤਵ ਵਿਭਾਗ ਵੀ ਇਹਦੇ ਉੱਪਰ ਪੂਰੀ ਨਜ਼ਰ ਰੱਖ ਰਿਹਾ ਹੈ, ਉਮੀਦ ਹੈ ਕਿ ਜਲਦੀ ਉਹ ਪੁਰਾਤੱਤਵ ਜਿਹੜਾ ਕਿਲ੍ਹੇ ਦਾ ਇਹ ਵਾਲਾ ਹਿੱਸਾ ਇਹ ਜਮ੍ਹਾਂ ਢਹਿ ਢੇਰੀ ਹੋ ਚੁੱਕਿਆ ਸੀ, ਖੰਡਰ ਬਣ ਚੁੱਕਿਆ ਸੀ ਅਤੇ ਕਿੱਕਰਾਂ ਹੋ ਚੁੱਕਿਆ ਸੀ, ਆ ਛੱਤਾਂ ਦੇ ਮਲਬੇ ਡਿੱਗ ਚੁੱਕੇ ਸੀਗੇ, ਮਤਲਬ ਵੀ ਐਂ ਹੋ ਚੁੱਕਿਆ ਸੀ ਵੀ ਇੱਥੇ ਕੁਛ ਹੈ ਹੀ ਨਹੀਂ ਗਾ, ਵੀ ਇੱਦਾਂ ਢਹਿ ਢੇਰੀ ਹੋ ਚੁੱਕਿਆ ਸੀਗਾ। ਇਸ ਕਿਲ੍ਹੇ ਦੀ ਸਾਂਭ ਸੰਭਾਲ ਨਾਲ ਇਹ ਆਪਾਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਇਹ ਦਿਖਾਉਣ ਜੋਗੇ ਹੋ ਗਏ ਹਾਂ, ਇਹਦੀ ਇੰਨੀ ਮਿਆਦ ਬਣ ਚੁੱਕੀ ਹੈ ਵੀ ਉਹਨਾਂ ਨੂੰ ਪਤਾ ਲੱਗੇ ਵੀ ਇਹ ਸਿਰਫ ਇੱਕ ਪਿੰਡ ਫੂਲ ਨਹੀਂ ਗਾ, ਇਹਦੇ ਮਤਲਬ ਵੀ ਬਹੁਤ ਤਕੜਾ ਇਤਿਹਾਸ ਹੈਗਾ। ਵੱਡੇ ਵੱਡੇ ਬਾਬਾ ਅੱਲਾ ਸਿੰਘ ਜੀ ਜਿਨ੍ਹਾਂ ਨੇ ਸ਼ਹਿਰ ਪਟਿਆਲਾ ਵਸਾਇਆ ਉਹ ਵੀ ਇੱਥੋਂ ਦੇ ਜਨਮੇ ਹੋਏ ਨੇ, ਗੁਰੂ ਹਰਗੋਬਿੰਦ 6ਵੇਂ ਪਾਤਸ਼ਾਹ ਜੀ ਉਹਨਾਂ ਦਾ ਵਰਦਾਨ ਮਿਲਿਆ ਹੋਇਆ ਇਸ ਪਿੰਡ ਨੂੰ, ਬਾਬਾ ਫੂਲ ਜੀ ਜੋ ਕਿ ਫੂਲ ਕਿਆ ਰਿਆਸਤ ਦੇ ਮੋਢੀ ਸੀਗੇ ਉਹਨਾਂ ਨੇ ਇਹ ਪਿੰਡ ਵਸਾਇਆ ਹੋਇਆ ਹੈ। ਅੱਜ ਆਪਾਂ ਜੋ ਦੇਖ ਰਹੇ ਹਾਂ ਮੇਰੇ ਸੱਜੇ ਹੱਥ ਜੋ ਬਿਲਡਿੰਗ ਹੈ ਇਹ ਪੁਰਾਣਾ, ਇਹ ਖੰਡਰ ਹੋ ਚੁੱਕੀ ਹੈ ਬਿਲਕੁਲ, ਅਤੇ ਜੋ ਮੇਰੇ ਖੱਬੇ ਹੱਥ ਇੱਧਰ ਇਹਦਾ ਅੱਜ ਦਾ ਨਵਾਂ ਰੂਪ ਹੈ, ਇਹਨੂੰ ਜੋ ਪਹਿਲਾਂ ਲਈ ਦਿੱਖ ਦਿੱਤੀ ਜਾ ਰਹੀ ਹੈ ਉਹੀ ਸਾਨੂੰ ਸਭ ਤੋਂ ਬਹਾਲ ਕੀਤਾ ਜਾ ਰਿਹਾ ਪਿੰਡ ਦੇ ਉੱਦਮ ਨਾਲ, ਲੋਕਾਂ ਦੀ ਸਾਂਝ ਨਾਲ, ਸਾਰੇ ਪਿੰਡ ਨਾਲ ਮਿਲ ਕੇ ਸਰਕਾਰ ਪਹਿਲਕਦਮੀ ਕਰੇ ਅਤੇ ਪਿੰਡ ਦੇ ਲੋਕਾਂ ਦਾ ਪੂਰਾ ਸਹਿਯੋਗ ਮਿਲਦਾ ਰਹੇ ਤਾਂ ਆਉਣ ਵਾਲੇ ਸਮੇਂ 'ਚ ਇਸ ਵਿਰਾਸਤ ਦੀ ਸਾਨੂੰ ਸ਼ੌਕਤ ਨੂੰ ਪੂਰੀ ਤਰ੍ਹਾਂ ਬਹਾਲ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਨੂੰ ਇੰਨਾ ਯਕੀਨ ਹੈ ਕਿ ਇਸ ਇਤਿਹਾਸ ਤੋਂ ਪੂਰੀ ਤਰ੍ਹਾਂ ਜਾਣੂ ਕਰਵਾਇਆ ਜਾਵੇਗਾ ਅਤੇ ਹੁੰਦੀਆਂ ਰਹਿਣਗੀਆਂ। ਮੁੰਡਿਆਂ ਸਕੂਲ ਵਿੱਚ ਖੜ੍ਹੇ ਹਾਂ ਜੋ ਕਿ ਬਹੁਤ ਪੁਰਾਣੀ ਰਿਆਸਤ ਹੈ, ਅਤੇ ਮਤਲਬ ਕਿ ਇਸ 'ਤੇ ਬਹੁਤ ਅਣਦੇਖੀ ਕਾਰਨ ਇਹ ਕਿਲ੍ਹਾ ਬਹੁਤ ਹੀ ਖੰਡਰ ਦਾ ਰੂਪ ਧਾਰਨ ਕਰ ਚੁੱਕਿਆ ਸੀ ਅਤੇ ਅੱਜ ਕੱਲ੍ਹ ਨੌਜਵਾਨ ਮੁੰਡਿਆਂ ਨੇ ਅੱਗੇ ਲੱਗ ਕੇ ਇਸ ਨੂੰ ਬਹੁਤ ਹੀ ਵਧੀਆ ਢੰਗ ਨਾਲ ਤਿਆਰ ਕਰ ਦਿੱਤਾ ਹੈ ਜੋ ਕਿ ਦੇਖਣ ਯੋਗ ਬਣ ਚੁੱਕਾ ਹੈ। ਬਠਿੰਡਾ ਜ਼ਿਲ੍ਹੇ ਦੇ ਰਿਆਸਤੀ ਕਸਬਾ ਫੂਲ ਦਾ ਇਹ ਕਿਲ੍ਹਾ ਮੁਬਾਰਕ ਜੋ ਕੁਛ ਚਿਰ ਪਹਿਲਾਂ ਇੱਕ ਖੰਡਰ ਦਾ ਰੂਪ ਧਾਰਨ ਕਰ ਰਿਹਾ ਸੀ ਪਿੰਡ ਦੇ ਨੌਜਵਾਨਾਂ ਦੇ ਉੱਦਮ ਨਾਲ ਮੁੜ ਤੋਂ ਪੁਰਾਣੀ ਦਿੱਖ ਵਿੱਚ ਬਦਲ ਰਿਹਾ ਹੈ। ਇਸ ਦੀ ਸ਼ਾਨੋ ਸ਼ੌਕਤ ਬਹਾਲ ਹੋ ਰਹੀ ਹੈ ਅਤੇ ਰਿਆਸਤ ਦੇ ਇਸ ਕਿਲ੍ਹੇ ਨੂੰ ਵੇਖਣ ਲਈ ਦੂਰ ਦੂਰ ਤੋਂ ਲੋਕ ਆ ਰਹੇ ਨੇ। ਕਸਬਾ ਫੂਲ ਅਤੇ ਆਸ ਪਾਸ ਦੇ ਲੋਕਾਂ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਇਸ ਕਿਲ੍ਹੇ ਦੀ ਮੁੜ ਉਸਾਰੀ ਕੀਤੀ ਜਾ ਰਹੀ ਹੈ, ਇਸ ਦੇ ਨਾਲ ਨਾਲ ਸਰਕਾਰ ਵੱਲੋਂ ਵੀ ਇਸ ਦੀ ਮਦਦ ਕੀਤੇ ਜਾਣ ਦੀ ਪੂਰੀ ਆਸ ਬੱਝੀ ਹੋਈ ਹੈ।